ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ, ਵੀਡੀਓ ਡਾਇਰੈਕਟਰ ਤੇ ਮਾਡਲ ਪਰਮੇਸ਼ ਵਰਮਾ ਦੀ, ਜੋ ਕਿ ਲੈ ਕੇ ਆ ਰਹੇ ਨੇ ਆਪਣੀ ਪੰਜਾਬੀ ਮੂਵੀ ਦਿਲ ਦੀਆਂ ਗੱਲਾਂ। ਕੁਝ ਸਮਾਂ ਪਹਿਲਾਂ ਪਰਮੇਸ਼ ਵਰਮਾ ਨੇ ਇਸ ਦੀ ਜਾਣਕਾਰੀ ਦਿੱਤੀ ਸੀ ਤੇ ਹੁਣ ਹਾਲ 'ਚ ਹੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਮੂਵੀ ਦੀ ਰਿਲੀਜ਼ ਡੇਟ ਅਨਾਊਂਸ ਕਰ ਦਿੱਤੀ ਏ। ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਮੂਵੀ ਦੇ ਪੋਸਟਰ ਵੱਲ, ਜੋ ਕਿ ਪਰਮੇਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਫੈਨਸ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਪਰਮੇਸ਼ ਵਰਮਾ ਨੇ ਲਿਖਿਆ ਕਿ ਲੋਕ ਦੀ ਡੇਟ ਆਫ 3 ਮਈ ਦਿਲ ਦੀਆਂ ਗੱਲਾਂ। ਦਿਲ ਦੀਆਂ ਗੱਲਾਂ ਮੂਵੀ ਦੇ ਵਿੱਚ ਪਰਮੇਸ਼ ਵਰਮਾ ਦਾ ਸਾਥ ਦੇਣਗੇ ਵਾਮਿਕਾ ਗੱਬੀ ਤੇ ਇਹ ਇੱਕ ਰੋਮਾਂਟਿਕ ਮੂਵੀ ਹੋਵੇਗੀ। ਜੇ ਅਸੀਂ ਗੱਲ ਕਰੀਏ ਡਾਇਰੈਕਸ਼ਨ ਦੀ ਤਾਂ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਪਰਮੇਸ਼ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਤੇ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਕ, ਸੰਦੀਪ ਬੰਸਲ, ਰੂਬੀ ਤੇ ਆਸ਼ੂ ਮੁਨੀਸ਼ ਸਾਨੀ ਨੇ। ਦਿਲ ਦੀਆਂ ਗੱਲਾਂ ਮੂਵੀ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰੂ ਨੇ ਤੇ ਇਸ ਮੂਵੀ ਦੀ ਵਰਲਡਵਾਈਡ ਡਿਸਟ੍ਰੀਬਿਊਸ਼ਨ ਓਮਜੀ ਗਰੁੱਪ ਵੱਲੋਂ ਕੀਤੀ ਜਾਏਗੀ। ਪਰਮੇਸ਼ ਵਰਮਾ ਅੱਜ ਕੱਲ੍ਹ ਸਿੰਘਾ ਮੂਵੀ ਦੇ ਸ਼ੂਟ ਨੂੰ ਲੈ ਕੇ ਕਾਫੀ ਬਿਜ਼ੀ ਨੇ। ਸਿੰਘਾ ਮੂਵੀ ਦੇ ਵਿੱਚ ਪਰਮੇਸ਼ ਵਰਮਾ ਤੇ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਦਿਖਾਈ ਦੇਣਗੇ, ਪਰ ਸਾਨੂੰ ਇਸ ਵਕਤ ਸਿੰਘਮ ਤੋਂ ਜ਼ਿਆਦਾ ਉਡੀਕ ਹੈ ਦਿਲ ਦੀਆਂ ਗੱਲਾਂ ਮੂਵੀ ਦੀ ਤੇ ਤੁਸੀਂ ਕਿੰਨੇ ਐਕਸਾਈਟਡ ਹੋ ਸਾਨੂੰ ਕਮੈਂਟ ਰਾਹੀਂ ਜ਼ਰੂਰ ਦੱਸੋ। ਤੇ ਐਵੇਂ ਹੀ ਪੰਜਾਬੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਵਾਸਤੇ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਵਾਸਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ।